ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਤੇ ਕਾਫੀ ਬੱਚੇ ਮੈਥੋ ਸਨੋਨੀਅਮ ਤੇ ਐਟੋਨੀਅਮਸ ਰਿਲੇਟਡ ਕਲਾਸ ਦੀ ਡਿਮਾਂਡ ਕਰ ਰਹੇ ਸੀ ਸੋ ਇਹ ਜਸਟ ਡੈਮੋ ਕਲਾਸ ਹੈ ਜੇ ਇਹ ਕਲਾਸ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਆਪਾਂ ਨੈਕਸਟ ਕੰਟੀਨਿਊ ਰੱਖਾਂਗੇ ਮਤਲਬ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਕੁਐਸਚਨਸ ਪ੍ਰੋਵਾਈਡ ਕਰਵਾਉਂਦਾ ਰਹਾਂਗਾ ਜਿਹੜੇ ਵੀ ਐਗਜ਼ਾਮ ਦੇ ਪੁਆਇੰਟ ਆਫ View ਨਾਲ ਇੰਪੋਰਟੈਂਟ ਨੇ ਓਕੇ ਦੋਸਤੋ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਇਸ ਟਾਈਪ ਦੀ ਕਲਾਸ ਤੁਹਾਨੂੰ ਚਾਹੀਦੀ ਹੈ ਜਾਂ ਨਹੀਂ ਓਕੇ ਦੋਸਤੋ ਸੋ ਤਾਂ ਪਹਿਲਾਂ ਸਨੋਨੀਅਮ ਤੇ ਐਟੋਨੀਅਮਸ ਦੀ ਆ ਇਸ ਦਾ ਮਤਲਬ ਹੁੰਦਾ ਇਸ ਵਾਰ ਜਾਣ ਲੈਣਿਆ ਸਨੋਨੀਮਸ ਮੈਨੇ ਕੀ ਹੁੰਦਾ ਸਮਾਨ ਅਰਥ ਐਂਡ ਐਟੋਨੀਮਸ ਮੈਨੇ ਕੀ ਹੁੰਦਾ ਵਿਪਰੀਤ ਸ਼ਬਦ ਹੁਣ ਐਗਜ਼ਾਮ ਵਿੱਚ ਆਪਣੇ ਤੋਂ ਇਸ ਤਰ੍ਹਾਂ ਦੇ ਕੁਐਸਚਨ ਪੁੱਛਿਆ ਜਾਂਦਾ ਹੈ ਜੇ ਸਨੋਨੀਮ ਤੇ ਐਟੋਨੀਮਸ ਦੇ ਰਿਕਾਰਡਿੰਗ ਜਿਸ ਵਿੱਚ ਪੁੱਛਿਆ ਜਾਵੇਗਾ ਫਾਈਂਡ ਦਾ ਸਨੋਨੀਮ ਵਰਡ ਇੱਕ ਵਰਡ ਦਿੱਤਾ ਹੋਇਆ ਹੋਵੇਗਾ ਜਿਸ ਵਿੱਚ ਜਿਸ ਤਰ੍ਹਾਂ ਇਸ ਵਿੱਚ ਸਿਗਨੀਫੀਕੈਂਟ ਵਰਡ ਦਿੱਤਾ ਹੋਇਆ ਆਪਾਂ ਨੂੰ ਤੇ ਇਜ਼ ਦਾ ਸਨੋਨੀਮ ਕੀ ਹੈ ਇਸੇ ਤਰ੍ਹਾਂ ਇੱਕ ਵਰਡ ਦਿੱਤਾ ਹੋਵੇਗਾ ਜਿੱਥੇ ਆਪਾਂ ਨੂੰ ਐਟੋਨੀਮ ਪੁੱਛਿਆ ਜਾਵੇਗਾ ਮੇਨ ਵਰਡ ਇਹ ਇਸ ਦਾ ਐਟੋਨੀਮ ਵੀ ਪੁੱਛਿਆ ਜਾ ਸਕਦਾ ਹੈ ਸਿਗਨੀਫੀਕੈਂਟ ਦਾ ਤੇ ਇਸ ਦਾ ਸਨੋਨੀਮ ਵੀ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੁਣ نیچے ਆਪਾਂ ਨੂੰ ਚਾਰ ਆਪਸ਼ਨ ਦਿੱਤੇ ਨੇ ਇਹਨਾਂ ਵਿੱਚੋਂ ਇੱਕ ਵਰਡ ਹੈ ਜਿਹੜਾ ਇਸ ਨੂੰ ਸੂਟ ਕਰਦਾ ਉਹ ਵਰਡ ਇਸ ਦਾ ਰਾਈਟ ਆਨਸਰ ਹੋਵੇਗਾ ਅ ਇਸ ਵੀਡੀਓ ਵਿੱਚ ਮੈਂ ਹੈਂਡਮੇਡ ਨੋਟਸ ਦੇ ਥਰੂ ਜਿਹੜੇ ਵੀ ਇੰਪੋਰਟੈਂਟ ਵਰਡਸ ਨੇ ਤੇ ਉਹਨਾਂ ਦਾ ਸਨੋਨੀਮ ਅਤੇ ਐਟੋਨੀਮਸ ਨੇ ਉਹ ਆਪਾਂ ਕਲੀਅਰ ਕਰਾਂਗੇ ਲਗਭਗ ਮੋਸਟਲੀ ਜਿਹੜੇ ਇਸ ਟਾਈਪ ਦੇ ਹੀ ਸਨੋਨੀਮ ਤੇ ਐਟੋਨੀਮ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਦੋ ਜੋ ਤੌਨੂੰ ਮੈਂ ਨੈਕਸਟ ਹੁਣ ਕਰਵਾ ਰਿਹਾ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਸਨੋਨੀਮ ਤੇ ਐਟੋਨੀਮਸ ਹੈਂਡੀ ਵਰਡ ਆਪਾਂ ਤੇ ਦੇਖ ਸਕਦੇ ਹਾਂ ਹੈਂਡੀ ਵਰਡ ਐਗਜ਼ਾਮ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲਾਂ ਆਪ ਨੂੰ ਇਸ ਦਾ ਮਤਲਬ ਪਤਾ ਹੋਣਾ ਚਾਹੀਦਾ ਪੰਜਾਬੀ ਵਿੱਚ ਕੀ ਹੁੰਦਾ ਇਸ ਦਾ ਮਤਲਬ ਹੈਂਡੀ ਵੀ ਨੇ ਕੀ ਹੁੰਦਾ ਸੋਖਾ ਹੁੰਦਾ ਹੁਣ ਜੇ ਐਗਜ਼ਾਮ ਵਿੱਚ ਆ ਜਾਂਦਾ ਹੈ ਕਿ ਹੈਂਡੀ ਵਰਡ ਦਾ ਸਨੋਨੀਮ ਦੱਸੋ ਤੇ ਚਾਰ ਆਪਸ਼ਨ ਦਿੱਤੇ ਨੇ ਹੁਣ ਤੁਸੀਂ ਇਹ ਜਿਹੜੇ ਪੰਜ ਵਰਡ ਨੇ ਇਹਨਾਂ ਨੂੰ ਯਾਦ ਰੱਖੋ ਹੈਂਡੀ ਹੈਂਡੀ ਵਰਡ ਦਾ ਜਿਹੜਾ ਇਹ ਸਾਰੇ ਸਨੋਨੀਮਸ ਨੇ ਮਤਲਬ ਸਮਾਨ ਅਰਥੀ ਨੇ ਐਕਸਪਰਟ ਮੈਨੇ ਵੀ ਸੋਖਾ ਹੁੰਦਾ ਸਕਿਲਫੁਲ ਮੈਨੇ ਵੀ ਸੋਖਾ ਹੁੰਦਾ ਤੇ ਐਂਡਰੋਇਟ ਮੈਨੇ ਵੀ ਸੋਖਾ ਹੁੰਦਾ ਤੇ ਪ੍ਰੋਫੀਸ਼ੈਂਟ ਮੈਨੇ ਵੀ ਸੋਖਾ ਹੁੰਦਾ ਤੇ ਡੈਕਟੀਰੀਅਸ ਮੈਨੇ ਵੀ ਸੋਖਾ ਹੀ ਹੁੰਦਾ ਮਤਲਬ ਸੇਮ ਵਰਡ ਹੈ ਹੁਣ ਜੇ ਹੈਂਡੀ ਦਾ ਆਪਣੇ ਤੋਂ ਐਂਟੋਨੀਮ ਪੁੱਛ ਲਿਆ ਜਾਵੇ ਇਸ ਵਰਡ ਦਾ ਤਾਂ ਐਂਟੋਨੀਮ ਦੇ ਇਹ ਵਰਡ ਨੇ ਸਿਮਿਲਰਲੀ ਵਰਡ ਨੇ ਵਿਪਰੀਤ ਸ਼ਬਦ ਨੇ ਤਾਂ ਅਨਸਕਿਲਡ ਕਲਮਜੀ ਬਲਿੰਗ ਤੇ ਅਨਹੈਂਡੀ ਤੇ ਬਲੈਂਡਰਿੰਗ ਇਹ ਸਾਰੇ ਵਰਡ ਨੇ ਜਿਹੜੇ ਵਿਪਰੀਤ ਵਰਡ ਨੇ ਕਿਹਦੇ ਵਰਡ ਨੇ ਹੈਂਡੀ ਦੇ ਤਾਂ ਐਗਜ਼ਾਮ ਵਿੱਚ ਤੁਹਾਡੇ ਤੋਂ ਅਦਰ ਹੋਰ 3 ਆਪਸ਼ਨ ਹੋਣਗੇ ਤੇ ਇੱਕ ਆਪਸ਼ਨ ਹੋਵੇਗਾ ਇਹਨਾਂ ਪੰਜਾਂ ਵਰਡ ਵਿੱਚੋਂ ਇੱਕ ਆਪਸ਼ਨ ਹੋਵੇਗਾ ਤੇ ਤੁਹਾਡੇ ਤੋਂ ਪੁੱਛਿਆ ਜਾਵੇਗਾ ਹੈਂਡੀ ਵਰਡ ਦਾ ਸੂਟ ਕਰਦਾ ਹੋਇਆ ਜਿਹੜਾ एक्टोनियम यानी विप्रती शब्द ਦੱਸੋ ਤਾਂ ਇਹਨਾਂ ਪੰਜਾਬ ਵਿੱਚੋਂ ਇੱਕ ਵਰਡ ਰਾਈਟ ਆਨਸਰ ਹੋਵੇਗਾ ਤੇ ਤਿੰਨ ਜਿਹੜੇ ਹੋਣਗੇ ਉਹ ਰੋਂਗ ਹੋਣਗੇ ਇਸੇ ਤਰ੍ਹਾਂ ਸਨੋਨੀਮਸ ਦੇ ਵੀ ਇਹਨਾਂ ਪੰਜਾਬ ਵਰਡਸ ਵਿੱਚੋਂ ਇੱਕ ਰਾਈਟ ਆਨਸਰ ਹੋਵੇਗਾ ਜੇ ਅਦਰਤੀਨ ਆਪਸ਼ਨ ਹੋਣਗੇ ਜਿਹੜੇ ਉਹ ਰੋਂਗ ਹੋਣਗੇ ਤਾਂ ਇਹਨਾਂ ਤਿੰਨ ਪੰਜਾ ਵਰਡ ਨੂੰ ਯਾਦ ਰੱਖੋ ਤੁਸੀਂ ਸਨੋਨੀਮ ਦੇ ਵੀ ਤੇ ਐਟੋਨੀਮ ਦੇ ਵੀ ਤੇ ਸੈਕੰਡ ਨੰਬਰ ਦੀ ਗੱਲ ਕਰੀ ਆਪਾਂ ਏਸੈਂਸ਼ੀਅਲ ਏਸੈਂਸ਼ੀਅਲ ਮੈਨੂੰ ਆਪਾਂ ਨੂੰ ਪਤਾ ਹੈ ਕਿ ਜ਼ਰੂਰੀ ਹੁੰਦਾ ਹੈ ਪੰਜਾਬੀ ਵਿੱਚ ਨਹੀਂ ਜ਼ਰੂਰੀ ਹੁੰਦਾ ਤੇ ਏਸੈਂਸ਼ੀਅਲ ਦਾ ਸਨੋਨੀਮ ਵਰਡ ਕੀ ਹੋਵੇਗਾ ਨੈਸੈਸਰੀ ਰਿਕਵਿਟ ਤੇ ਇਨਨੇਟ ਤੇ ਬਿਟਲ ਇਸ ਦਾ ਇਹ ਚਾਰੇ ਵਰਡ ਸਨੋਨੀਮ ਨੇ ਏਸੈਂਸ਼ੀਅਲ ਦੇ ਸਨੋਨੀਮ ਨੇ ਤਾਂ ਇਹ ਸੂਟੇਬਲ ਵਰਡਸ ਨੇ ਇਗਜ਼ਾਮ ਵਿੱਚ ਸੇਮ ਤਿੰਨ ਅਦਰ ਕੋਈ ਵਰਡ ਦਿੱਤੇ ਹੋਣਗੇ ਤੁਹਾਨੂੰ ਹੋਰ ਸ਼ਬਦ ਦਿੱਤੇ ਹੋਣਗੇ ਤੇ ਇੱਕ ਸ਼ਬਦ ਹੋਵੇਗਾ ਇਹਨਾਂ ਚਾਰਾਂ ਵਿੱਚੋਂ ਹੋਵੇਗਾ ਇਨਾਂ ਚਾਰਾਂ ਵਿੱਚੋਂ ਕੋਈ ਵੀ ਸ਼ਬਦ ਆਪਾਂ ਚੂਜ਼ ਕਰਾਂਗੇ ਤਾਂ ਆਪਣਾ ਆਨਸਰ ਹੋਰ ਰਾਈਟ ਹੋ ਜਾਵੇਗਾ ਇਸੇ ਤਰ੍ਹਾਂ essentiial ਦਾ autonomy's ਵਰਡ ਆਪਾਂ ਜੇ ਫਾਈਂਡ ਕਰਨਾ ਹੋਵੇ ਤਾਂ superfluous needless ਤੇ useless ਤੇ excessive ਇਹ ਜਿਹੜੇ ਚਾਰ ਵਰਡ ਨੇ ਇਹ autonomy's ਨੇ ਕਿਹਦੇ autonomy's ਨੇ essentiial ਦੇ ਇਸ ਮੈਨੇ ਜੋ ਮਤਲਬ ਕਿ मीनिंग essentiial ਦਾ ਹੈ ਮਤਲਬ ਕਿ ਆਪਣੀ ਅਭੀ ਵਿੱਚ ਜ਼ਰੂਰੀ ਹੈ ਇਹਨਾਂ ਚਾਰਾਂ ਦਾ ਵੀ ਜਿਹੜਾ ਰਿਲੇਟ ਹੈ ਇਹ ਜ਼ਰੂਰੀ ਨਾਲ ਹੀ ਰਿਲੇਟ ਹੈ ਪੰਜਾਬੀ ਵਿੱਚ ਅਨੁਵਾਦ ਕਰੀਏ ਤਾਂ ਮਤਲਬ ਇਹਨਾਂ ਦਾ ਚਾਰਾ ਵਰਡਸ ਦਾ ਵੀ ਜਰੂਰੀ ਸ਼ਬਦ ਨਾਲ ਰਿਲੇਟਡ ਨੇ ਇਹ ਤਾਂ ਕਰਕੇ ਟੋਨੀਮਸ ਪੁੱਛੇ ਜਾਣ ਦੇ ਐਗਜ਼ਾਮ ਵਿੱਚ ਇਹਨਾਂ ਚਾਰਾਂ ਵਿੱਚੋਂ ਇਸ ਦਾ ਐਸੈਂਸ਼ੀਅਲ ਦਾ ਰਾਈਟ ਟੋਨੀਮ ਜਿਹੜਾ ਹੋਵੇਗਾ ਇਹਨਾਂ ਚਾਰੋਂ ਵਿੱਚੋਂ ਇੱਕ ਹੋਵੇਗਾ ਤੁਸੀਂ ਇਹ ਚਾਰੇ ਵਰਡ ਯਾਦ ਰੱਖਣੇ ਨੇ ਕਿ ਐਸੈਂਸ਼ੀਅਲ ਨਾਲ ਕਿਹੜਾ ਰਿਲੇਟ ਕਰਦਾ ਜਾਂ ਵਿਪਰੀਤਿਕ ਸ਼ਬਦ ਹੈ ਤੇ ਕੁਐਸਚਨ ਨੰਬਰ 3 ਦੀ ਗੱਲ ਕਰੀਏ ਬਲੇਸਿੰਗ ਬਲੇਸਿੰਗ ਮੈਨੇ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੁੰਦਾ ਆਸ਼ੀਰਵਾਦ ਹੁੰਦਾ ਬਲੇਸਿੰਗ ਮੈਨੇ ਤੇ ਹੁਣ ਬਲੇਸਿੰਗ ਦਾ ਸੋਨੀਮ ਦੀ ਗੱਲ ਕਰੀਏ ਸਮਾਨਾਰਥ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਤਾਂ ਨੇ ਪੇਸ ਕਨਸੀਕਰੇਸ਼ਨ ਗੁੱਡ ਵਿਸ਼ੇ ਇਹ ਤਿੰਨ ਵਰਡ ਨੇ ਜਿਹੜੀ ਬਲੇਸਿੰਗ ਦੇ ਸਮਾਨ ਅਰਥ ਵਰਡ ਨੇ ਐਗਜ਼ਾਮ ਵਿੱਚੋਂ ਇਹਨਾਂ ਤਿੰਨਾਂ ਵਿੱਚੋਂ ਇੱਕ ਵਰਡ ਆਪਸ਼ਨ ਵਿੱਚ ਹੋਵੇਗਾ ਤੇ ਤਿੰਨ ਅਦਰ ਆਪਸ਼ਨ ਹੋਣਗੇ ਤਿੰਨਾਂ ਵਿੱਚ ਚਾਰਾ ਆਪਸ਼ਨਾਂ ਵਿੱਚੋਂ ਆਪਾਂ ਨੂੰ ਇਹਨਾਂ ਤਿੰਨਾਂ ਵਿੱਚੋਂ ਇੱਕ ਆਪਸ਼ਨ ਯਾਦ ਰੱਖਣਾ ਤੇ ਉਹੀ ਇਸ ਦਾ ਰਾਈਟ ਆਨਸਰ ਹੋਵੇਗਾ ਤੇ ਬਲੇਸਿੰਗ ਦਾ ਸਨੋਨੀਮ ਹੈ ਜਿਹੜਾ ਇਹਨਾਂ ਤਿੰਨਾਂ ਆਪਸ਼ਨਾਂ ਵਿੱਚੋਂ ਤਿੰਨਾ ਸ਼ਬਦਾਂ ਵਿੱਚੋਂ ਇੱਕ ਇਸ ਦਾ ਰਾਈਟ ਆਨਸਰ ਤੁਹਾਨੂੰ ਐਗਜ਼ਾਮ ਵਿੱਚ ਦੇਖ ਨੂੰ ਮਿਲੇਗਾ ਇਸ ਤੋਂ ਬਾਅਦ ਗੱਲ ਕਰੀਏ ਬlesing ਦਾ ਐਟੋਨੀਅਮਸ ਯਾਨੀ ਵਿਪਰੀਤਿਕ ਸ਼ਬਦ ਕੀ ਹੋ ਸਕਦੇ ਨੇ ਈਵਲ ਥਾਟ, ਤਰਸ ਤੇ ਬੈਡ ਵਿਸ਼ਸ ਇਹ ਤਿੰਨੇ ਜਿਹੜੇ ਵਰਡ ਨੇ ਬlesing ਦੇ ਜਿਹੜੇ ਵਿਪਰੀਤਿਕ ਸ਼ਬਦ ਆ ਯਾਨੀ ਐਟੋਨੀਅਮਸ ਨੇ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਜੈਨੇਰੀਅਸ ਜੈਨੇਰੀਅਸ ਮੈਨੇ ਕੀ ਹੁੰਦਾ ਦੋਸਤੋ ਪੰਜਾਬੀ ਵਿੱਚ ਗੱਲ ਕਰੀਏ ਤਾਂ ਆਪਾਂ ਉਦਾਹਰਨ ਹੁੰਦਾ ਇਸਮੈਨੇ ਤੇ ਇਸ ਦਾ ਸਨੋਨੀਮ ਕੀ ਹੋਵੇਗਾ ਲੈਬਰਲ ਕਾਉਂਟੀਫੁਲ ਤੇ ਮੂਨੀਫੀਸ਼ੈਂਟ ਇਹ ਤਿੰਨ ਵਰਡ ਨੇ ਜਿਹੜੀ ਜੈਨੇਰੀਅਸ ਦੇ ਸਲੀਨੀ ਮਤਲਬ ਨੇ ਸਮਾਨ ਅਰਥ ਵੜ ਨੇ ਇਹਨਾਂ ਮਤਲਬ ਵੀ ਉਦਾਰੀ ਹੁੰਦਾ ਤੇ ਜੈਨੇਰੀਅਸ ਮੈਨ ਵੀ ਉਦਾਰੀ ਹੁੰਦਾ ਤਾਂ ਐਗਜ਼ਾਮ ਵਿੱਚ ਇਹਨਾਂ ਦਿਨਾਂ ਵਿੱਚੋਂ ਇੱਕ ਆਪਸ਼ਨ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਇਹਨਾਂ ਇਹੀ ਰਾਈਟ ਆਪਣਾ ਆਨਸਰ ਹੋਵੇਗਾ ਤੇ ਜੈਨੇਰੀਅਸ ਦੇ ਅਟੋਨੀਅਮ ਯਾਨੀ ਵਿਪਰੀਤ ਸ਼ਬਦ ਦੀ ਗੱਲ ਕਰੀਏ ਤਾਂ ਇਹ ਤਿੰਨ ਵਿਪਰੀਤ ਸ਼ਬਦ ਨੇ ਮੀਨ ਸਟਿੰਗੀ ਤੇ ਮਿਜ਼ਰਲੀ ਇਤਨਾ ਵਰਡ ਵਿੱਚੋਂ ਜਿਹੜਾ ਇਹ ਬੇਪਰੀਸ਼ ਸ਼ਬਦ ਨੇ ਇਗਜ਼ਾਮ ਵਿੱਚ ਆਪਣੇ ਤਾਂ ਬਹੁਤ ਵਾਰ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਨੇਰੀਅਸ ਦਾ ਟੋਨੀਅਮਸ ਸੂਟੇਬਲ ਟੋਨੀਅਮਸ ਕਿਹੜਾ ਹੈ ਯਾਨੀ ਸੂਟੇਬਲ ਵਿਕ੍ਰਿਤਿਕ ਸ਼ਬਦ ਕਿਹੜਾ ਹੈ ਤਾਂ ਇਹ ਤਿੰਨ ਆਪਸ਼ਨ ਯਾਦ ਰੱਖਿਓ ਇਹਨਾਂ ਤੋਂ ਇਲਾਵਾ ਕੋਈ ਵੀ ਰਾਈਟ ਆਨਸਰ ਨਹੀਂ ਹੋ ਸਕਦਾ ਆਣ ਉਹਨੂੰ ਗੱਲ ਕਰੀਏ ਕੁਐਸਚਨ ਨੰਬਰ 5 ਦੀ ਤਾਂ ਡੈਲੀਗੈਂਟ ਡੈਲੀਗੈਂਟ ਦਾ ਮਤਲਬ ਕੀ ਹੁੰਦਾ ਦੋਸਤੋ ਮਿਹਨਤੀ ਪੰਜਾਬੀ ਵੀ ਤੱਫਾ ਜੇ ਡੈਲੀਗੈਂਟ ਦਾ ਮੀਨਿੰਗ ਜਾਣੀਏ ਤਾਂ ਮਿਹਨਤੀ ਹੁੰਦਾ ਹੁਣ ਡੈਲੀਗੈਂਟ ਦਾ ਜਿਹੜਾ ਸਨੋਨੀਮ ਵਰਡ ਯਾਨੀ ਸਮਾਨਾਰਥ ਵਰਡ ਕਿਹੜ careful hard working ਤੇ attentive ਇਹ ਤਿੰਨ ਵਰਨ ਨੇ ਜਿਹੜੇ ਸੇਮ ਯਾਨੀ ਸਮਾਨ ਅਰਥ ਨੇ ਡੈਲੀਗੈਂਟ ਦੇ ਤਾਂ ਯਾਦ ਰੱਖੋ ਇਹਨਾਂ ਤਿੰਨਾਂ ਵਿੱਚੋਂ ਹੀ ਰਾਈਟ ਆਨਸਰ ਤੁਹਾਨੂੰ ਇਗਜ਼ਾਮ ਦੇ ਆਪਸ਼ਨਾਂ ਵਿੱਚੋਂ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਡੈਲੀਗੈਂਟ ਦਾ ਟੋਨੀ ਮੈਂ ਵਿਪਰੀਤਕ ਸ਼ਬਦ ਦੀ ਗੱਲ ਕਰੀਏ ਤਾਂ ਆਈਡਲ ਸਲੈਕ ਤੇ ਲੇਜੀ ਇਹ ਤਿੰਨੇ ਇਹ ਵਿਪਰੀਤਕ ਸ਼ਬਦ ਨੇ ਕਿਹਦੇ ਡੈਲੀਗੈਂਟ ਦੇ ਵਿਪਰੀਤਕ ਸ਼ਬਦ ਨੇ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਬੈਨੀਫਿਟ ਬੈਨੀਫਿਟ ਮੈਨੇ ਸਭ ਨੂੰ ਪਤਾ ਕਿ ਹੁੰਦਾ ਫਾਇਦਾ ਹੁਣ ਫਾਇਦਾ ਯਾਨੀ ਬੈਨੀਫਿਟ ਦੇ ਸਮੋਨੀਅਮ ਯਾਨੀ ਸਮਾਨਾਰਥ ਵਰਡ ਦੀ ਗੱਲ ਕਰੀ ਤਾਂ ਪ੍ਰੋਫਿਟ ਇਸ ਦਾ ਸਮਾਨਾਰਥ ਹੈ ਐਡਵਾਂਟੇਜ ਇਸ ਦਾ ਸਮਾਨਾਰਥ ਹੈ ਤੇ ਗੇਨ ਇਸ ਦਾ ਸਪਾਰ ਅਰਥ ਤੇ ਇਸ ਤੋਂ ਬਾਅਦ ਟੋਨੀਅਮ ਯਾਨੀ ਵਿਪਰੀਤਿਕ ਸ਼ਬਦ ਦੀ ਗੱਲ ਕਰੀ ਬੈਨੀਫਿਟ ਦਾ ਜਿਹੜਾ ਵਿਪਰੀਤਿਕ ਸ਼ਬਦ ਹੈ ਉਹ ਲੋਸ ਡਿਸਐਡਵਾਂਟੇਜ ਤੇ ਲੈਸ ਇਹ ਤਿੰਨ ਵਰਡ ਨੇ ਐਗਜ਼ਾਮ ਦੇ ਆਪਸ਼ਨਾਂ ਵਿੱਚੋਂ ਇੰਨਾ ਤਿੰਨ ਵਰਡਸ ਵਿੱਚੋਂ ਇੱਕ ਆਪਾਂ ਚੂਜ਼ ਕਰਨਾ ਹੈ ਇਹ ਤਿੰਨ ਜਿਹੜੇ ਆਪਸ਼ਨ ਹੋਣਗੇ ਉਹ ਆਦਰ ਗਲਤ ਆਪਸ਼ਨ ਹੋਣਗੇ ਤਾਂ ਇਹ ਰਿਲੇਟਡ ਵਰਡ ਨੇ ਹੁਣ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਜੇ ਇਸ ਟਾਈਪ ਦੇ ਕਲਾਸਸ ਤੁਹਾਨੂੰ ਮੇਰੇ ਚੈਨਲ ਦੇ ਦੇਖਣੀਆਂ ਹੈ ਇੰਗਲਿਸ਼ ਸਿਲੇਬਸ ਦੇ ਰਿਗਾਰਡਿੰਗ ਤਾਂ ਕਮੈਂਟ ਜਰੂਰ ਕਰ ਦਿਓ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਓ ਐਂਡ ਜੇ ਸਾਡਾ WhatsApp ਗਰੁੱਪ ਨਹੀਂ ਜੋਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ WhatsApp ਗਰੁੱਪ ਵਿੱਚ ਜਰੂਰ ਜੋਇਨ ਕਰ ਲਓ